का था वो भी अब यही आएगा पापा, क्योंकि वो मैं भी सीखना चाहती हूँ वो वाली यस कैसे करते हैं। ओके फाइन, सो नाउ टू बी प्रिपेयर्ड फॉर दिस इज वेरी वेरी इंपॉर्टेंट कि हम उस टाइम को मैनेज करना सीखे, उस टाइम को कंट्रोल करना सीखे। बातें भी करेंगे कुछ मीनिंग हो रही है और समथिंग प्रोडक्टिव। ओके सो टुडे वी आर गोइंग टू टॉक अबाउट पर्सनालिटी डेवलपमेंट। राइट, क्या होती है पर्सनालिटी? अच्छा मुझे ना कोई भी भटूरे वाले बच्चे नहीं चाहिए। भटूरे मतलब कि जो बिल्कुल मुझे कोई रिस्पॉन्स ही ना दे। भटूरे कैसे होते? कोई है यहाँ पर भटूरा? भटूरे का मतलब होता नहीं होता, फिर तो मैं ही होगी। भटूरे का मतलब होता है कि कोई रिस्पॉन्स ही ना दे कि पता ही नहीं मैं आप क्या हूँ। बोल रहे पता नहीं कहाँ से आए हैं, कोई अलग दुनिया की बातें करती है। राइट, सो एनी भटूरा और नमस्कार सत श्री अकाल, मैं हाँ विपन ओकारा ते तुसीं देख रहे हो वॉइस पंजाब टाइम। वॉइस पंजाब टाइम दे उपर असीं तुहानूं समय समय सिर जिहड़ियां इहो जिहियां शख्सियतां दे नाल मिलाने हैं जिन्हां ने बहुत वड्डा मुकाम हासिल किया होया है। अज असीं चाह दे उपर बैठे सीगे, चाह दे पी रहे सीगे और चाह दे उपर असीं चर्चा कर रहे हैगे हैं कि आउण वाली जनरेशन नूं जिहड़ा हैगा किवें मोटिव किया जा सकता। ਬੇਸ਼ੱਕ ਸਿੱਖਿਆ ਦੇ ਵਿੱਚ ਅਸੀਂ ਪੀ ਐੱਚ ਡੀ ਕਰ ਲੈਂਦੇ ਹੈਗੇ ਹਾਂ, ਐੱਮ ਬੀ ਏ ਕਰ ਲੈਂਦੇ ਹਾਂ, ਵੱਡੀਆਂ ਵੱਡੀਆਂ ਡਿਗਰੀਆਂ ਲੈ ਲੈਂਦੇ ਹਾਂ, ਪਰ ਕੀ ਅਸੀਂ ਕਿਸੇ ਮੀਟਿੰਗ ਦੇ ਵਿੱਚ ਉਸ ਲਹਿਜੇ ਨਾਲ ਬੋਲ ਸਕਦੇ ਹਾਂ? ਉਹਨਾਂ ਬਾਰੇ ਅਸੀਂ ਚਰਚਾ ਕਰ ਰਹੇ ਹੈਗੇ ਔਰ ਮੇਰੇ ਨਾਲ ਇਸ ਵੇਲੇ ਹੈਗੇ ਨੇ ਮੈਡਮ ਪਵਦੀਪ ਕੋਹਲੀ। ਪਵਦੀਪ ਕੋਹਲੀ ਦਾ ਨਾਮ ਤੁਸੀਂ ਜਿਹੜਾ ਹੈਗਾ ਪੂਰੇ ਇੰਡੀਆ ਦੇ ਵਿੱਚ ਹੀ ਸੁਣ ਰਹੇ ਹੋ। ਕਿਸ ਤਰੀਕੇ ਦੇ ਨਾਲ ਉਹ ਇੱਕ ਗ੍ਰਹਿਣੀ ਹੋਣ ਦੇ ਨਾਲ ਨਾਲ ਜਿਹੜਾ ਹੈਗਾ ਇੱਕ ਬਹੁਤ ਵੱਡਾ ਇੰਸਟੀਚਿਊਟ ਵੀ ਚਲਾ ਰਹੇ ਨੇ ਔਰ ਨਾਲ ਦੀ ਨਾਲ ਪੂਰੇ ਮੋਗਾ ਜ਼ਿਲ੍ਹਾ ਦੇ ਜਿੰਨੇ ਵੀ ਸਕੂਲ ਹੈਗੇ ਨੇ ਉਹਨਾਂ ਸਕੂਲਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਮੋਟਿਵ ਕਰਦੇ ਨੇ। ਕੋਹਲੀ ਸਾਹਿਬ, ਮੈਮ ਕੋਹਲੀ, ਤੁਹਾਡਾ ਸਭ ਤੋਂ ਪਹਿਲਾਂ ਬਹੁਤ ਸਵਾਗਤ ਹੈ। ਚਾਹ ਦੇ ਉੱਪਰ ਆਪਾਂ ਚਰਚਾ ਕਰ ਰਹੇ ਹੈਗੇ ਹਾਂ ਔਰ ਚਾਹ ਪੀਂਦੇ ਪੀਂਦੇ ਆਪਾਂ ਦੋ ਗੱਲਾਂ ਇਹ ਕਰਾਂਗੇ ਕਿ ਐਜੂਕੇਸ਼ਨ ਤਾਂ ਬਹੁਤ ਹਾਸਲ ਕਰ ਰਹੇ ਹੈਗੇ ਹਾਂ, ਪਰ ਕੀ ਅਸੀਂ ਉਸ ਐਜੂਕੇਸ਼ਨ ਦਾ ਪੂਰਾ ਲਾਭ ਲੈ ਰਹੇ ਹੈਗੇ ਹਾਂ? ਕੀ ਅਸੀਂ ਕਿਤੇ ਮੀਟਿੰਗ 'ਚ ਬੈਠ ਕੇ ਉਸ ਤਰੀਕੇ ਨਾਲ ਬੋਲ ਸਕਦੇ ਹਾਂ? ਤੁਸੀਂ ਅੱਜ ਕੱਲ੍ਹ ਇਸ ਦੇ ਉੱਪਰ ਇੱਕ ਆਵਾਜ਼ ਉਠਾਈ ਹੈਗੀ ਆ ਔਰ ਸਕੂਲਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਮੋਟਿਵ ਕਰ ਰਹੇ ਹੋ, ਇਹਦੇ ਬਾਰੇ ਦੱਸੋ। ਹਾਂਜੀ, ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਪੂਰੀ ਵੀ ਪੀ ਟੀ ਟੀਮ ਦਾ ਇੱਥੇ ਪਹੁੰਚਣ ਦੇ। ਅਤੇ ਐਜੂਕੇਸ਼ਨ ਜਿਹੜੀ ਹੈਗੀ ਹੁਣ ਬਹੁਤ ਡਾਇਨਾਮਿਕ, ਬੜਾ ਪੈਰਾਡਾਈਮ ਸ਼ਿਫਟ ਆ ਚੁੱਕਾ ਹੈ। ਅਤੇ ਐੱਨ ਈ ਪੀ ਜਿਹੜੀ ਨੈਸ਼ਨਲ ਐਜੂਕੇਸ਼ਨ ਪੋਲਿਸੀ ਆਈ ਆ ਉਹਦੇ ਵਿੱਚ ਵੀ ਜਿਹੜਾ ਸਭ ਤੋਂ ਵੱਡਾ ਸਟ੍ਰੈਸ ਹੈ ਕਿ ਬੱਚੇ ਨੂੰ ਸਕਿੱਲ ਐਜੂਕੇਸ਼ਨ ਕੀਤਾ ਹੈ, ਕਿ ਸਾਡਾ ਬੱਚਾ ਸਿਰਫ ਰੱਟੇ ਲਗਾ ਕੇ ਪੜ੍ਹ ਰਿਹਾ, ਬਟ ਉਹਨੂੰ ਕਿਤੇ ਨਾ ਕਿਤੇ ਉਹ ਸਕਿੱਲਸ ਜਿਹੜੀਆਂ ਉਹ ਲੈਕ ਕਰ ਰਿਹਾ। ਤੋ ਮੈਂ ਇੱਕ ਸੋਫਟ ਸਕਿੱਲ ਟ੍ਰੇਨਰ ਹਾਂ ਔਰ ਮੈਂ ਇੱਕ ਇੰਟਰਨੈਸ਼ਨਲੀ ਸਰਟੀਫਾਈਡ ਇਮੇਜ ਕੰਸਲਟੈਂਟ ਹਾਂ ਔਰ ਮੈਂ 10 to 15,000 ਟੀਚਰਸ ਨੂੰ, ਪ੍ਰੋਫੈਸ਼ਨਲਸ ਨੂੰ ਮੈਂ ਟ੍ਰੇਨ ਕਰ ਚੁੱਕੀ ਹਾਂ ਸੋਫਟ ਸਕਿੱਲਸ ਉੱਪਰ। ਔਰ ਸੋਫਟ ਸਕਿੱਲਸ ਕੀ ਹੁੰਦੀਆਂ ਕਿ ਅਸੀਂ ਕਿਸ ਤਰੀਕੇ ਦੇ ਨਾਲ ਗੱਲ ਕਰਨੀ ਆ, ਸਕਿੱਲਸ ਆਪਣੇ 'ਚ ਕਿਵੇਂ ਪੈਦਾ ਕਰਨੀ ਆ, ਕਿਉਂਕਿ ਕਿਤੇ ਨਾ ਕਿਤੇ ਬੱਚਾ ਪੜ੍ਹ ਜਾਂਦਾ ਪਰ ਪੜ੍ਹਾਈ ਦਾ ਮਤਲਬ ਇਕੱਲਾ ਬੁਕਿਸ਼ ਨੌਲੇਜ ਨਹੀਂ ਹੈ ਬਲਕਿ ਹੋਲਿਸਟਿਕ ਡਿਵੈਲਪਮੈਂਟ ਹੈ। ਔਰ ਹੋਲਿਸਟਿਕ ਡਿਵੈਲਪਮੈਂਟ ਲਈ ਮੈਂ ਉਹਨਾਂ ਨੂੰ ਸੋਫਟ ਸਕਿੱਲ 'ਚ ਟ੍ਰੇਨ ਕਰਦੀ ਹਾਂ, ਕਮਿਊਨੀਕੇਸ਼ਨ ਕਿਵੇਂ ਕਰਨੀ, ਆਪਾਂ ਕਿਵੇਂ ਬੋਲਚਾਲ ਕਰਨੀ, ਆਪਣਾ ਬਿਹੇਵੀਅਰ ਕਿਵੇਂ ਦਾ ਹੋਣਾ ਚਾਹੀਦਾ, ਆਪਣੀ ਇਮੇਜ ਕਿਵੇਂ ਦੀ ਹੋਣੀ ਚਾਹੀਦੀ ਜਿਹਦੇ ਨਾਲ ਆਪਾਂ ਨੂੰ ਸਕਸੈਸ ਮਿਲੇ, ਆਪਣੇ ਇੰਟਰਪਰਸਨਲ ਸਕਿੱਲਸ ਕਿਵੇਂ ਹੋਣੇ ਚਾਹੀਦੇ ਆ, ਆਪਾਂ ਲੋਕਾਂ ਨੂੰ ਮਿਲਦੇ ਹਾਂ ਆਪਣੀ ਜਿਹੜੀ ਇਮੋਸ਼ਨਲ ਬੋਂਡਿੰਗ, ਇਮੋਸ਼ਨਲ ਅੰਡਰਸਟੈਂਡਿੰਗ ਕਿਵੇਂ ਹੈ, ਸਿੰਪਥੀ, ਐਮਪਥੀ। ਸੋ ਇਹਨਾਂ ਡਿਫਰੈਂਟ ਐਸਪੈਕਟਸ 'ਤੇ ਮੈਂ ਜਿਹੜਾ ਕੰਮ ਕਰਦੀ ਹਾਂ। ਮੈਂ ਮਤਲਬ ਕਿ ਤੁਹਾਡਾ ਮੈਮ ਕਹਿਣ ਦਾ ਮਤਲਬ ਹੈ ਵੀ ਪੜ੍ਹਾਈ ਤਾਂ ਅਸੀਂ ਕਰ ਲੈਣਾ ਘੋਟਾ ਲਾ ਕੇ, ਪੰਜਾਬੀ ਜਦੋਂ ਆਪਾਂ ਕਹਿੰਦੇ ਘੋਟਾ ਲਾ ਕੇ ਕਰ ਲਿਆ ਵੀ ਦਿਨ ਰਾਤ ਰੱਟਾ ਹੀ ਲਾਏ ਗਏ, ਰੱਟਾ ਹੀ ਲਾਏ ਗਏ, ਦਿਮਾਗ 'ਚੋਂ ਚੀਜ਼ਾਂ ਤਾਂ ਬਾੜ ਲਈਆਂ ਪਰ ਉਹਨਾਂ ਨੂੰ ਅਸੀਂ ਕਿਵੇਂ ਐਕਸਪਲੇਨ ਅੱਗੇ ਕਰ ਸਕਦੇ ਹਾਂ, ਕਿਵੇਂ ਅਸੀਂ ਬੈਟਰ ਆਪਣੀ ਕਮਿਊਨੀਕੇਸ਼ਨ ਕਰ ਸਕਦੇ ਹਾਂ? ਕਿਉਂਕਿ ਦੇਖੋ ਜੀ, ਨਜ਼ਰੀਆ ਕਿਵੇਂ ਆ, ਕਹਿੰਦੇ ਨਾ ਨਜ਼ਰ ਦਾ ਤੇ ਜਿਹੜਾ ਓਪਰੇਸ਼ਨ ਹੋ ਸਕਦਾ ਪਰ ਨਜ਼ਰੀਏ ਦਾ ਨਹੀਂ ਹੋ ਸਕਦਾ।
ਤੂੰ ਇੱਕ ਆਪਣਾ ਐਟੀਟਿਊਡ ਕਿਵੇਂ ਦਾ, ਐਟੀਟਿਊਡ ਐਸਾ ਰੱਖਣਾ ਕਿ ਜਿਹਦੇ ਨਾਲ ਆਪਾਂ ਦੂਜਿਆਂ ਦੀ ਮਦਦ ਕਰ ਸਕੀਏ, ਐਟੀਟਿਊਡ ਫੋਰ ਸਕਸੈਸ ਗਰੋ ਕਰ ਸਕੀਏ। ਤੋ ਮੈਂ ਜਿੱਥੇ ਮਹਿਲਾਵਾਂ ਨੂੰ ਮੋਟੀਵੇਟ ਕਰਦੀ ਹਾਂ ਔਰ ਸਟੂਡੈਂਟਸ ਨੂੰ ਮੋਟੀਵੇਟ ਕਰਦੀ ਹਾਂ, ਪ੍ਰੋਫੈਸ਼ਨਲਸ ਨੂੰ, ਔਰ ਅੱਜ ਕੱਲ੍ਹ ਤੁਸੀਂ ਦੇਖੋ ਜੀ ਪੜ੍ਹਾਈ ਦੇ ਨਾਲ ਨਾਲ ਸਕਿੱਲਸ ਦੀ ਇੰਨੀ ਜ਼ਿਆਦਾ ਡਿਮਾਂਡ ਹੈ ਕਿ ਹਰ ਯੂਨੀਵਰਸਿਟੀ, ਹਰ ਕਾਲਜ ਜਿਹੜਾ ਹੈ ਉਹਦੇ ਕੋਲ ਇੱਕ ਅਲੱਗ ਡਿਪਾਰਟਮੈਂਟ ਹੈ ਜਿਹਨੂੰ ਕਹਿੰਦੇ ਸਕਿੱਲ ਡਿਵੈਲਪਮੈਂਟ। ਆਪਣੇ ਪੰਜਾਬ ਦੇ ਵਿੱਚ, ਪੂਰੇ ਇੰਡੀਆ ਦੇ ਵਿੱਚ ਸਕਿੱਲ ਡਿਵੈਲਪਮੈਂਟ ਦੇ ਨਾਮ 'ਤੇ ਬਹੁਤ ਵੱਡੇ ਵੱਡੇ ਡਿਵੈਲਪਮੈਂਟ ਦੇ ਬਹੁਤ ਬਹੁਤ ਵੱਡਾ ਜਿਹੜਾ ਡਿਪਾਰਟਮੈਂਟ ਹੈ, ਜਿਹੜੇ ਕਿ ਅਸੀਂ ਸੋਫਟ ਸਕਿੱਲ ਟ੍ਰੇਨਰ ਕੰਮ ਕਰਦੇ ਹਾਂ ਕਿ ਸਕਿੱਲਸ ਡਿਵੈਲਪ ਹੋਣ, ਕਿ ਅਸੀਂ ਤੁਹਾਡੇ ਕੋਲ ਨੌਲੇਜ ਹੋ ਗਈ ਹੈ, ਮੈਂ ਐੱਮ ਏ ਬੀ ਐਡ ਹਾਂ ਜਾਂ ਮੈਂ ਐੱਮ ਐਡ ਹਾਂ ਜਾਂ ਮੇਰੇ ਕੋਲ ਐੱਮ ਬੀ ਏ ਦੀ ਡਿਗਰੀ ਹੈ, ਪਰ ਉਹ ਲੱਗਣੀ ਵੀ ਚਾਹੀਦੀ ਹੈ। ਮੇਰੀਆਂ ਇੰਟਰਵਿਊ ਜਦ ਮੈਂ ਆਪਣੀ ਪ੍ਰਜੈਂਟ ਕਰਦੀ ਹਾਂ, ਮੈਂ ਕਿਸ ਤਰੀਕੇ ਦੇ ਨਾਲ ਬੈਠਣਾ, ਕਿਸ ਤਰੀਕੇ ਨਾਲ ਉੱਠਣਾ, ਕਿਸ ਤਰੀਕੇ ਨਾਲ ਗੱਲ ਕਰਨੀ ਹੈ, ਸੋ ਬਿਹੇਵੀਅਰ ਦੇ ਉੱਪਰ, ਯਾਨੀ ਕਿ ਤੁਹਾਡਾ ਕਹਿਣ ਦਾ ਮਤਲਬ ਹੈ ਸਾਨੂੰ ਜਿਹੜਾ ਪਰਸਨੈਲਿਟੀ ਡਿਵੈਲਪਮੈਂਟ, ਬੋਲਣ ਦਾ ਲਹਿਜਾ ਵੀ ਸਾਡਾ ਉਹ ਹੋ ਜਾਣਾ ਚਾਹੀਦਾ ਵੀ ਜੇ ਮੈਂ ਐੱਮ ਏ ਕੀਤੀ ਹੈ ਤੇ ਮੈਨੂੰ ਐੱਮ ਏ ਦੀ ਲੱਗਣਾ ਵੀ ਚਾਹੀਦਾ ਵੀ ਮੇਰੀ ਵਾਕਿਆ ਐੱਮ ਏ ਕੀਤੀ ਹੈਗੀ ਹੈ, ਇਹ ਨਹੀਂ ਹੈ ਵੀ ਕਾਲਜਾਂ ਦੇ ਵਿੱਚ ਮੇਰੀ ਐੱਮ ਏ। ਹਾਂਜੀ, ਜਿਹਨੂੰ ਆਪਾਂ ਪਰਸਨੈਲਿਟੀ ਡਿਵੈਲਪਮੈਂਟ ਕਹਿੰਦੇ ਹਾਂ, ਕਿਉਂਕਿ ਪਰਸਨੈਲਿਟੀ ਕੀ ਹੈਗਾ ਜੀ, ਇਨਸਾਈਡ ਤੇ ਆਊਟਸਾਈਡ, ਇਕੱਲੇ ਕੱਪੜੇ ਸੋਹਣੇ ਪਾ ਲੈਣ ਦੇ ਨਾਲ ਪਰਸਨੈਲਿਟੀ ਚੰਗੀ ਨਹੀਂ ਹੁੰਦੀ, ਕੱਪੜੇ ਦੇ ਦੱਸਦੇ ਵੀ ਮੇਰੀ ਐੱਮ ਏ ਕੀਤੀ ਹੈਗੀ ਹੈ। ਤੋ ਇਕੱਲੇ ਕੱਪੜਿਆਂ ਦੇ ਨਾਲ ਕੁਝ ਨਹੀਂ ਹੋਏਗਾ, ਜੋ ਕਹਿੰਦੇ ਨੇ ਇਨਸਾਈਡ ਆਊਟ, ਜੇ ਤੁਹਾਡਾ ਅੰਦਰਲਾ ਵੀ ਜਿਹੜਾ ਹੈਗਾ, ਤੁਹਾਡੀ ਪਰਸਨੈਲਿਟੀ ਮਤਲਬ ਤੁਹਾਡੀ ਸੀਰਤ ਤੇ ਸੂਰਤ ਦੋਨਾਂ ਦਾ ਜਿਹੜਾ ਮਿਕਸਚਰ ਹੈ ਉਹ ਪਰਸਨੈਲਿਟੀ ਹੁੰਦੀ ਹੈ। ਸੋ ਮੈਂ ਇਸ ਸਕਿੱਲਸ ਉੱਪਰ ਜਿਹੜਾ ਮੈਂ ਕੰਮ ਕਰਦੀ ਹਾਂ। ਬਿਲਕੁਲ, ਸਾਨੂੰ ਸਿਰਫ ਇਹ ਨਹੀਂ ਹੈ ਵੀ ਮੇਰੇ ਟਾਈ ਲਾਈ ਹੈ, ਮੇਰੇ ਕੋਟ ਪਾਇਆ ਔਰ ਮੇਰੀ ਡਰੈਸ ਬੜੀ ਵਧੀਆ ਹੈਗੀ ਹੈ, ਭਾਵੇਂ ਮੈਂ ਐੱਮ ਏ ਕੀਤੀ ਹੈ, ਬੀ ਐੱਡ ਕੀਤੀ ਹੈ, ਪਰ ਮੇਰੇ ਕੋਲ ਬੋਲਣ ਦਾ ਲਹਿਜਾ ਜਿਹੜਾ ਹੈਗਾ ਤਾਂ ਉਹ ਵੀ ਉਸ ਹਿਸਾਬ ਨਾਲ ਹੋਣਾ ਚਾਹੀਦਾ ਵੀ ਵਾਕਿਆ ਹੀ ਮੈਂ ਐੱਮ ਏ ਕੀਤੀ ਹੈ ਅਤੇ ਮੇਰੀ ਬੋਲ ਬਾਣੀ ਵੀ ਜਿਹੜੀ ਹੈਗੀ ਆ ਉਹ ਐੱਮ ਏ ਦੀ। ਮੈਮ, ਲਗਾਤਾਰ ਬੱਚਿਆਂ ਨੂੰ ਤੁਸੀਂ ਇਹਦੇ 'ਤੇ ਕਰ ਰਹੇ ਹੋ, ਮੋਟਿਵ ਕਰ ਰਹੇ ਹੋ, ਪਿਆ ਕਿੱਦਾਂ ਫੇਸ ਕਰਨਾ ਪੈ ਰਿਹਾ ਤੁਹਾਨੂੰ ਇਸ ਵੇਲੇ? ਦੇਖੋ, ਮੈਂ ਜਦ ਬੱਚਿਆਂ ਨੂੰ ਸਪੈਸ਼ਲੀ ਅਗਰ ਮੈਂ ਬੱਚਿਆਂ ਦੀ ਗੱਲ ਕਰਾਂ ਤਾਂ ਮੈਂ ਹੁਣ, ਕਿਉਂਕਿ ਬੱਚਿਆਂ ਦੇ ਇਗਜ਼ਾਮ ਜਿਹੜੇ ਹੈਗੇ ਆ ਉਹ ਬਹੁਤ ਅਪਰੋਚ ਕਰ ਰਹੇ ਆ, ਅਤੇ ਮੈਂ ਕੰਪਲੀਮੈਂਟਰੀ ਸੈਸ਼ਨਸ ਜਿਹੜੇ ਆ ਦੇ ਰਹੀ ਹਾਂ, ਅਤੇ ਮੈਂ ਤੁਹਾਡੇ ਚੈਨਲ ਦੇ ਰਾਹੀਂ ਵੀ ਇਹ ਸਭ ਨੂੰ ਅਪੀਲ ਕਰਾਂਗੀ ਕਿ ਜਿਹੜੇ ਵੀ ਕਿਸੇ ਪਾਰਟ ਆਫ ਪੰਜਾਬ 'ਚ ਅਗਰ ਕਿਸੇ ਨੇ ਕੰਪਲੀਮੈਂਟਰੀ ਸੈਸ਼ਨਸ ਲੈਣੇ ਹੈਗੇ ਫ੍ਰੀ ਆਫ ਕੋਸਟ, ਮੈਂ ਟਾਈਮ ਐਂਡ ਸਟ੍ਰੈਸ ਮੈਨੇਜਮੈਂਟ, ਕਿਉਂਕਿ ਕਿਤੇ ਨਾ ਕਿਤੇ ਸਾਡਾ ਬੱਚਾ ਜਿਹੜਾ ਹੈਗਾ ਸਟ੍ਰੈਸ 'ਚ ਆ ਜਾਂਦਾ ਔਰ ਫਿਰ ਕੋਈ ਨਾ ਕੋਈ ਗਲਤ ਸਟੈਪ ਲੈ ਲੈਂਦਾ, ਤਾਂ ਮੈਂ ਉਹਨਾਂ ਨੂੰ ਐਜੂਕੇਟ ਕਰਦੀ ਹਾਂ ਕਿ ਕਿਵੇਂ ਆਪਣੇ ਟਾਈਮ ਨੂੰ ਮੈਨੇਜ ਕਰੋ, ਕਿਵੇਂ ਆਪਣੇ ਟਾਈਮ ਟੇਬਲ, ਕਿਉਂਕਿ ਹਰ ਇੱਕ ਬੰਦੇ ਦਾ ਨਹੀਂ ਇੱਕ ਆਪਣਾ ਟਾਈਮ ਸਲੋਟ ਹੁੰਦਾ, ਕੋਈ ਬੱਚਾ ਸੁਬਾਹ ਪੜ੍ਹਦਾ, ਕੋਈ ਦੁਪਹਿਰ ਨੂੰ ਉਹਨੂੰ ਜਲਦੀ ਯਾਦ ਹੁੰਦਾ, ਕੋਈ ਰਾਤ ਨੂੰ ਬੈਠ ਕੇ ਪੜ੍ਹਦੇ ਆ, ਹਰ ਇੱਕ ਦਾ ਇੱਕ ਟਾਈਮ ਟੇਬਲ ਹੈਗਾ। ਸੋ ਕਿਵੇਂ ਟਾਈਮ ਨੂੰ ਮੈਨੇਜ ਕਰਨਾ, ਕਿਉਂਕਿ ਅਗਰ ਟਾਈਮ ਨੂੰ ਮੈਨੇਜ ਕਰਾਂਗੇ, ਗੋਲਸ ਨੂੰ ਅੱਗੇ ਰੱਖਾਂਗੇ, ਤਾਂ ਸਾਨੂੰ ਸਟ੍ਰੈਸ ਨਹੀਂ ਆਏਗਾ, ਕਿਉਂਕਿ ਸਟ੍ਰੈਸ ਤੁਹਾਡਾ ਕਹਿੰਦਾ ਜਿਸ ਤਰੀਕੇ ਨਾਲ ਐਗਜ਼ਾਮ ਇਸ ਵੇਲੇ ਚੱਲ ਰਹੇ, ਐਗਜ਼ਾਮਾਂ ਦੇ ਵਿੱਚ ਆ ਕੇ ਜਿਹੜਾ ਬੱਚਿਆਂ ਨੂੰ ਜ਼ਿਆਦਾ ਸਟ੍ਰੈਸ ਆਉਂਦਾ, ਕਿਉਂਕਿ ਪਹਿਲਾਂ ਪ੍ਰਿਪੇਅਰ ਨਹੀਂ ਕੀਤਾ ਹੁੰਦਾ, ਅਤੇ ਉਹਨੂੰ ਹੁਣ ਆਪਣਾ ਗੋਲ ਅਚੀਵ ਕਰਨਾ, ਕਿੰਨੇ ਦਿਨ ਰਹਿ ਗਏ, ਤਾਂ ਕਿ ਟੈਨਸ਼ਨ ਨਾ ਲੈਣ ਬਲਕਿ ਆਰਾਮ ਦੇ ਨਾਲ ਆਪਣਾ ਪਲਾਨ ਕਰਨ। ਔਰ ਮੈਂ ਇੱਕ ਸਭ ਤੋਂ ਜ਼ਿਆਦਾ ਮੈਂ ਜਿਹੜਾ ਬੱਚੇ ਨੂੰ ਐਜੂਕੇਟ ਕਰਦੀ ਹਾਂ ਉਹ ਬਾਊਂਸ ਬੈਕ 'ਤੇ, ਰਿਜ਼ੀਲੀਅੰਸ 'ਤੇ ਹੈ, ਕਿ ਕੋਈ ਗੱਲ ਨਹੀਂ ਕਿ ਹਰ ਬੰਦਾ ਫਸਟ ਆਉਣਾ ਜ਼ਰੂਰੀ ਨਹੀਂ ਹੈ, ਕੀ ਕਹਿੰਦੇ ਨਾ ਜ਼ਿੰਦਗੀ ਕੀ ਦੌੜ ਮੇ ਕਿਸੀ ਸ਼ਾਇਰ ਨੇ ਕਹੇ ਕਿ ਤੂੰ ਅਵਲ ਆਏ ਜ਼ਰੂਰੀ ਤੋਂ ਨਹੀਂ ਔਰ ਤੂੰ ਸਭ ਕੋ ਪਿੱਛੇ ਛੋੜ ਦੇ, ਇਹ ਜ਼ਰੂਰੀ ਤੋਂ ਨਹੀਂ, ਜ਼ਰੂਰੀ ਹੈ ਤੇਰਾ ਚੱਲਣਾ, ਜ਼ਰੂਰੀ ਹੈ ਤੇਰਾ ਦੌੜ ਮੇ ਸ਼ਾਮਿਲ ਹੋਣਾ, ਅਤੇ ਸਾਨੂੰ ਦੌੜ 'ਚ ਸ਼ਾਮਿਲ ਹੋਣਾ। ਠੀਕ ਹੈ, ਕੋਈ ਫਸਟ ਆ ਗਿਆ, ਕੋਈ ਸੈਕਿੰਡ ਆ ਗਿਆ, ਕੋਈ ਲਾਸਟ ਆ ਗਿਆ, ਲਾਸਟ ਆਉਣਾ ਵੀ ਬੜਾ ਇੰਪੋਰਟੈਂਟ ਹੈ, ਅਤੇ ਕੋਈ ਹਾਰ ਜਿੱਤ ਨਹੀਂ ਹੈ। ਔਰ ਅਗਰ ਤੁਸੀਂ ਅੱਜ ਥੋੜ੍ਹੇ ਘੱਟ ਆ ਗਏ ਨੰਬਰ, ਕੱਲ੍ਹ ਜ਼ਿਆਦਾ ਆ ਜਾਣਗੇ, ਆਪਾਂ ਨੂੰ ਬਾਊਂਸ ਬੈਕ ਕਰਨਾ ਚਾਹੀਦਾ, ਦੁਬਾਰਾ ਤੋਂ ਉੱਠ ਖੜ੍ਹਨਾ। ਤੁਹਾਡਾ ਕਹਿਣ ਦਾ ਮਤਲਬ ਹੈ ਵੀ ਸਟ੍ਰੈਸ ਨਹੀਂ ਲੈਣੀ ਚਾਹੀਦੀ, ਕਿ ਜੇ ਅੱਜ ਅਸੀਂ ਪਿੱਛੇ ਹੈਗੇ ਹਾਂ ਤੇ ਦੋ ਦਿਨ ਬਾਅਦ ਅਸੀਂ ਉਸ ਅੱਗੇ ਚੱਲਦੇ ਰਹੋ, ਕਹਿੰਦੇ ਨਾ ਚੱਲਦੇ ਰਹੋ, ਚੱਲਦੇ ਰਹਿਣੇ ਕਾ ਨਾਮ ਹੀ ਜ਼ਿੰਦਗੀ ਹੈ, ਤੋ ਚੱਲਦੇ ਰਹੋ। ਔਰ ਮੇਰੀ ਮਾਪਿਆਂ ਨੂੰ ਵੀ ਇਹੀ ਉਮੀਦ ਹੈ,
ਅਪੀਲ ਹੈ ਕਿ ਬੱਚੇ ਭਾਵੇਂ ਘੱਟ ਨੰਬਰ ਲੈ ਲੈਣ, ਜ਼ਿਆਦਾ ਨੰਬਰ ਲੈ ਲੈਣ, ਜ਼ਿੰਦਗੀ ਦੇ ਵਿੱਚ ਨੰਬਰਾਂ ਨਾਲੋਂ ਜ਼ਿਆਦਾ ਇੰਪੋਰਟੈਂਟ ਹੈ ਕਿ ਉਹ ਕਿਹੜੀ ਕੀ ਸੀਰਤ ਆ ਉਹਨਾਂ ਦੀ, ਕੀ ਬਿਹੇਵੀਅਰ ਹੈ, ਔਰ ਬਿਹੇਵੀਅਰ ਦੇ ਅਕੋਰਡਿੰਗਲੀ ਉਹਨਾਂ ਨੂੰ ਜਿਹੜਾ ਮੁਕਾਮ ਹੈ ਚੰਗਾ ਮਿਲ ਹੀ ਜਾਊਗਾ। ਮੈਮ ਇੱਕ ਚੀਜ਼ ਹੋਰ ਹੈਗੀ ਹੈ, ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਟੀਚਰਾਂ ਤੋਂ ਹੀ ਸਾਨੂੰ ਸਕੂਲ ਦੇ ਵਿੱਚ ਮਿਲ ਸਕਦੀਆਂ, ਕਿਉਂਕਿ ਜੇ ਅਸੀਂ ਪ੍ਰਾਇਮਰੀ ਤੋਂ ਇਹਨਾਂ ਚੀਜ਼ਾਂ ਦੇ ਉੱਪਰ ਗੌਰ ਕਰਾਂਗੇ ਤਾਂ ਫਿਰ ਅਸੀਂ ਜਾ ਕੇ ਐਮ ਏ ਕਰ ਸਕਦੇ। ਤੁਹਾਡੇ ਟੀਚਰਾਂ ਨਾਲ ਵੀ ਕਾਫੀ ਜਿਹੜਾ ਰਫਤਾ ਰਹਿੰਦਾ ਹੈਗਾ, ਅਤੇ ਟੀਚਰਾਂ ਦਾ ਕਿੱਦਾਂ ਦਾ ਰਿਸਪੋਂਸ ਮਿਲਦਾ? ਦੇਖੋ ਟੀਚਰਾਂ ਦਾ ਰਿਸਪੋਂਸ, ਮੇਰੇ ਜਿਹੜੇ ਫੀਡਬੈਕ ਮਿਲਦੇ ਆ ਮੈਨੂੰ ਬਹੁਤ ਚੰਗਾ ਲੱਗਦਾ ਹੈ, ਕਿਉਂਕਿ ਦੇਖੀਏ ਇੱਕ ਹੁੰਦੀ ਹੈ ਤੁਹਾਡੀ ਪੋਜੀਸ਼ਨਲ ਪਾਵਰ ਕਿ ਤੁਸੀਂ ਇੱਕ ਟ੍ਰੇਨਰ ਹੋ, ਕਿਉਂਕਿ ਮੈਂ ਇੱਕ ਟ੍ਰੇਨਰ ਹਾਂ, ਮੈਂ ਟ੍ਰੇਨਰ ਰਿਸੋਰਸ ਪਰਸਨ ਹੁੰਦੀ ਹਾਂ ਅਤੇ ਮੈਂ ਟ੍ਰੇਨਿੰਗ ਦਿੰਦੀ ਹਾਂ, ਅਤੇ ਮੈਨੂੰ ਲੱਗਦਾ ਪੋਜੀਸ਼ਨਲ ਪਾਵਰ ਨਾਲੋਂ ਜਿਹੜੇ ਟੀਚਰਸ ਪ੍ਰਭਾਵਿਤ ਹੁੰਦੇ ਮੇਰੀ ਪਰਸਨਲ ਪਾਵਰ ਨਾਲ, ਕਿ ਮੈਂ ਉਹਨਾਂ ਨੂੰ ਵੀ ਇਹੀ ਮੋਟੀਵੇਟ ਕਰਦੀ ਹਾਂ ਕਿ ਗੋਨ ਆਰ ਦਾ ਟਾਈਮਸ, ਕਿ ਜਦ ਅਸੀਂ ਸੋਚੀਏ ਕਿ ਅਸੀਂ ਇੱਕ ਟੀਚਰ ਜਿਹੜੀ ਹੈਗੀ ਉਹਦੇ ਕੋਲ ਡਿਗਰੀ ਹੈ ਅਤੇ ਉਹ ਆਪਣਾ ਰੋਬ ਲਗਾ ਸਕਦੇ ਜਾਂ ਬੱਚਾ ਉਹਦੀ ਗੱਲ ਸੁਣੇਗਾ, ਬੱਚਾ ਉਹਦੀ ਗੱਲ ਸੁਣੇਗਾ, ਠੀਕ ਹੈ ਟੀਚਰ ਕੋਲ ਨੌਲੇਜ ਹੈ, ਬਹੁਤ ਰਿਸਪੈਕਟ ਅਸੀਂ ਕਰਦੇ ਹਾਂ ਟੀਚਰ ਦੀ, ਪਰ ਨਾਲ ਨਾਲ ਟੀਚਰ ਦਾ ਅੱਜ ਜਿਹੜਾ ਰੋਲ ਹੈ ਉਹ ਇੱਕ ਫੈਸਿਲੀਟੇਟਰ ਦਾ ਹੈਗਾ, ਕੱਲਾ ਕਿ ਉਹ ਨਾਲ ਆਪਣੀਆਂ ਜਿਹੜੀ ਬੱਚੇ ਦੀ ਫੀਲਿੰਗਸ ਨੂੰ ਸਮਝੇ, ਬੱਚੇ ਦੇ ਲੈਵਲ 'ਤੇ ਜਾ ਕੇ। ਪਰ ਮੈਂ ਤੁਹਾਡੀ ਗੱਲ ਕਰ ਰਿਹਾ, ਇਹਦੇ 'ਚ ਨਾ ਹੁਣ ਉਹ ਸਮਾਂ ਨਹੀਂ ਹੈਗਾ ਜਦੋਂ ਗੁਰੂ ਅਤੇ ਸ਼ਿਸ਼ੇ ਦਾ ਇੱਕ ਮੇਲ ਮਿਲਾਪ ਹੁੰਦਾ ਸੀਗਾ, ਵਾਕਿਆ ਹੀ ਸ਼ਿਸ਼ੇ ਜਿਹੜਾ ਆ ਗੁਰੂ ਨੂੰ ਸਮਝਦਾ ਸੀਗਾ। ਹੁਣ ਜਿਹੜੀ ਸਟੱਡੀ ਆਪਾਂ ਕਾਲਜਾਂ 'ਚ ਵੀ ਦੇਖਦੇ ਹਾਂ ਤਾਂ ਇੱਕ ਫਰੈਂਡਲੀ ਹੋ ਗਈ ਹੈਗੀ, ਟੀਚਰ ਅਤੇ ਸਟੂਡੈਂਟ ਦਾ ਇੱਕ ਫਰੈਂਡਲੀ ਰਿਲੇਸ਼ਨ ਜਿਹੜਾ ਹੈਗਾ ਬਣ ਚੁੱਕਿਆ ਹੈਗਾ, ਇਹਦੇ ਬਾਰੇ ਕੀ ਕਹੋਗੇ? ਦੇਖੋ ਜਿੱਥੇ ਜਿੱਥੇ ਫਰੈਂਡਲੀ ਰਿਲੇਸ਼ਨ ਬਣਿਆ ਮੈਨੂੰ ਲੱਗਦਾ ਵੀ ਇੱਕ ਲਿਮਿਟ ਹੋਣੀ ਚਾਹੀਦੀ ਹੈ। ਹਾਂਜੀ, ਜ਼ਿਆਦਾ ਅਥੋਰਿਟੀ ਦੇ ਨਾਲ ਵੀ ਅਗਰ ਆਪਾਂ ਪੜ੍ਹਾਈਏ ਤਾਂ ਸ਼ਾਇਦ ਬੱਚਾ ਉਸ ਲੈਵਲ 'ਤੇ ਨਹੀਂ ਸਮਝਦਾ, ਜਾਂ ਉਹਨੂੰ ਅਗਰ ਆਪਾਂ ਨੂੰ ਉਹਦੀ ਨੀਡਸ ਦੇ ਅਕੋਰਡਿੰਗ ਟੂ ਸਮਝ, ਕਿਉਂਕਿ ਦੇਖੋ ਐਵਰੀਬਡੀ ਇਜ਼ ਡਿਫਰੈਂਟ ਹੈ ਨਾ, ਹਰ ਇੱਕ ਬੱਚਾ ਡਿਫਰੈਂਟ ਹੈਗਾ, ਕੋਈ ਗੱਲ ਨੂੰ ਤੁਹਾਨੂੰ ਦੋ ਵਾਰੀ ਵੀ ਰਿਪੀਟ ਕਰਨਾ ਪੈਂਦਾ, ਚਾਰ ਵਾਰੀ ਵੀ ਰਿਪੀਟ ਕਰਨਾ, ਬੜੇ ਪੇਸ਼ੈਂਟਲੀ ਕਿਸੇ ਨੂੰ ਸਮਝਾਉਣਾ ਪੈਂਦਾ। ਤੋ ਮੈਨੂੰ ਲੱਗਦਾ ਕਿ ਆਪਾਂ ਨੂੰ ਇੱਕ ਮਤਲਬ ਮਿਡਲ ਲੈਵਲ ਜਿਹਾ ਕਰਨਾ ਚਾਹੀਦਾ, ਬਹੁਤ ਜ਼ਿਆਦਾ ਵੀ ਲੀਨੀਅੰਟ ਨਾ ਹੋਈਏ ਔਰ ਬਹੁਤ ਜ਼ਿਆਦਾ ਸਟ੍ਰਿਕਟ ਵੀ ਨਾ ਹੋਈਏ, ਬੱਚੇ ਦੀ ਨੀਡਸ ਨੂੰ ਸਮਝੀਏ ਕਿ, ਕਿਉਂਕਿ ਮੈਂ ਇੱਕ ਅੱਛੀ ਜਾਂ ਸਫਲ ਅਗਰ ਮੈਂ ਟੀਚਰ ਦੀ ਗੱਲ ਕਰਾਂਗੀ ਤਦ ਹੀ ਹੋਵਾਂਗੀ ਅਗਰ ਮੇਰੇ ਬੱਚੇ ਨੂੰ ਉਹ ਗੱਲ ਸਮਝ ਆਏ। ਲਰਨਿੰਗ ਆਉਣੀ ਚਾਹੀਦੀ ਹੈ, ਟੀਚਰ ਉਹੀ ਹੈ ਜਿਹੜਾ ਬੈਸਟ ਹੈਗਾ, ਜਿਹੜਾ ਕਿ ਉਹਦੀ ਜਿਹੜੀ ਪੜ੍ਹਾਈ ਕਰਵਾ ਰਿਹਾ ਹੈਗਾ ਉਹ ਬੱਚੇ ਦੇ ਸਮਝ ਆ ਸਕੇ, ਉਹਨੂੰ ਸਕਿੱਲ ਮਿਲ ਸਕੇ। ਸਰਕਾਰਾਂ ਵੱਲੋਂ ਵੀ ਬੜਾ ਜ਼ੋਰ ਲਗਾਇਆ ਜਾ ਰਿਹਾ ਹੈਗਾ, ਪਰ ਜਿੱਥੇ ਆਪਾਂ ਗੱਲ ਕਰਦੇ ਹਾਂ ਮੋਗਾ ਜ਼ਿਲ੍ਹਾ ਦੀ ਨਹੀਂ ਮੈਂ ਗੱਲ ਕਰ ਰਿਹਾ, ਪੂਰੇ ਪੰਜਾਬ ਦੀ ਗੱਲ ਕਰ ਰਿਹਾ ਹੈਗਾ, ਜਿੱਥੇ ਇਸ ਵੇਲੇ ਭੱਦੀ ਕੋਹਲੀ ਵੱਲੋਂ ਇਹੋ ਜਿਹੇ ਸੈਮੀਨਾਰ ਲਗਾਏ ਜਾਂਦੇ ਨੇ ਔਰ ਹਜ਼ਾਰਾਂ ਜਿਹੜੇ ਬੱਚੇ ਹੈਗੇ ਨੇ ਇਸ ਚੀਜ਼ ਦਾ ਲਾਭ ਲੈ ਰਹੇ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ। ਮੈਮ ਆਪਾਂ ਆਉਣ ਵਾਲੇ ਸਮੇਂ ਦੀ ਗੱਲ ਕਰੀਏ ਤਾਂ ਤੁਹਾਡੀ ਕੀ ਪਲੈਨਿੰਗਸ ਹੈਗੀਆਂ ਇਹਨਾਂ ਸਕੂਲੀ ਬੱਚਿਆਂ ਨੂੰ ਲੈ ਕੇ? ਮੇਰੀ ਇਹੀ ਮੇਰੀ ਪਲੈਨ ਹੈਗੀ ਹੈ ਕਿ ਮੈਂ ਜਿੰਨਾ ਜ਼ਿਆਦਾ ਹੋ ਸਕੇ, ਕਿਉਂਕਿ ਮੈਂ ਇੱਕ ਟੀਚਰ ਹਾਂ, ਮੈਂ ਇੱਕ ਅਧਿਆਪਕ ਹਾਂ, ਇੱਕ ਐਜੂਕੇਟਰ ਹਾਂ, ਅਤੇ ਮੈਂ ਇਹਨਾਂ ਬੱਚਿਆਂ 'ਚ ਸਕਿੱਲਸ ਡਿਵੈਲਪ ਕਰ ਸਕਾਂ, ਜਿੱਥੇ ਸਾਡੇ ਸਕੂਲਸ ਬਹੁਤ ਹੀ ਚੰਗੀ ਤਰੀਕੇ ਨਾਲ ਉਹਨਾਂ ਨੂੰ ਜਿਹੜੀ ਸਿੱਖਿਆ ਦੇ ਰਹੇ ਨੇ, ਔਰ ਹਰ ਸਕੂਲ ਦੇ ਵਿੱਚ ਵੀ ਮੈਂ ਕਹੂੰਗੀ ਅੱਜ ਸਕਿੱਲ ਡਿਵੈਲਪਮੈਂਟ ਉੱਪਰ ਬਹੁਤ ਕੰਮ ਹੋ ਰਿਹਾ, ਹਰ ਸਕੂਲ ਦੇ ਵਿੱਚ ਪਬਲਿਕ ਸਪੀਕਿੰਗ ਹੋ ਗਿਆ ਜਾਂ ਇੰਡੀਵਿਜੁਅਲ ਅਟੈਂਸ਼ਨ ਜਿਹੜੀ ਹੈ ਉਹਨਾਂ ਦੀ ਸਕਿੱਲਸ ਨੂੰ ਡਿਵੈਲਪ ਕਰਨ ਵਾਸਤੇ ਕਾਫੀ ਜ਼ਿਆਦਾ ਕੌਨਫੀਡੈਂਸ ਬਿਲਡਿੰਗ, ਦੇਖੋ ਉਹਨਾਂ ਨੂੰ ਸਟੇਜ 'ਤੇ ਲਿਆਂਦਾ ਜਾਂਦਾ, ਸਟੇਜ 'ਤੇ ਆਪਣੀ ਗੱਲ ਨੂੰ ਐਕਸਪ੍ਰੈਸ, ਕਿਉਂਕਿ ਕੁਝ ਬੱਚੇ ਐਸੇ ਹੁੰਦੇ ਆ ਜੀ ਉਹ ਉਹਨਾਂ ਕੋਲ ਬਹੁਤ ਕੁਝ ਹੁੰਦਾ ਅੰਦਰ ਲੇਕਿਨ ਉਹਨਾਂ ਨੂੰ ਕੋਈ ਬੂਸਟ ਅਪ ਹੀ ਨਹੀਂ ਕਰਦਾ ਜੀ, ਅਤੇ ਸਕੂਲਸ ਜਿਹੜੇ ਹੈਗੇ ਨੇ ਕਾਫੀ ਉਹਨਾਂ ਦਾ ਵੀ ਯੋਗਦਾਨ ਹੈ, ਕਾਫੀ ਉਹ ਹੈਲਪ ਕਰ ਰਹੇ ਨੇ ਔਰ ਮੋਟੀਵੇਟ ਕਰਦੇ ਨੇ ਸਟੂਡੈਂਟਸ ਨੂੰ। ਸੋ ਮੇਰਾ ਤਾਂ ਇਹੀ ਸੁਪਨਾ ਰਹੇਗਾ ਕਿ ਹਰ ਘਰ ਦੇ ਵਿੱਚ ਬੱਚਾ ਜਿਹੜਾ ਹੈ ਸਕਿੱਲਡ ਹੋਵੇ, ਕਿ ਜਿੱਥੇ ਪੜ੍ਹਾਈ ਦੇ ਨਾਲ ਨਾਲ ਜਿਹਨੂੰ ਓਵਰਆਲ ਡਿਵੈਲਪਮੈਂਟ ਕਹਿੰਦੇ ਆ ਉਹ ਵੀ ਨਾਲ ਨਾਲ ਉਹਨਾਂ ਦੀ ਹੋਣੀ ਚਾਹੀਦੀ ਹੈ। ਸੋ ਪ੍ਰਦੀਪ ਕੋਹਲੀ ਦਾ ਇੱਕ ਸੁਪਨਾ ਹੈਗਾ ਕਿ ਹਰ ਘਰ ਦੇ ਵਿੱਚ ਜਿਹੜਾ ਬੱਚਾ ਹੋਵੇ ਅਤੇ ਉਹ
ਸੋਲਾ ਕਾਲਾ ਸੰਪੂਰਨ ਹੋਵੇ। ਲਗਾਤਾਰ ਇਹਨਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਆ, ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਹੈਗਾ ਹੋਰ ਇਹਨਾਂ ਵੱਲੋਂ ਜਿਹੜੇ ਸੈਮੀਨਾਰ ਲਗਾਏ ਜਾਣਗੇ। ਔਰ ਇਹਨਾਂ ਨੇ ਖਾਸ ਗੱਲ ਕਹੀ ਹੈਗੀ ਆ ਸਾਰੇ ਪੰਜਾਬ ਵਾਸਤੇ ਕਿ ਜੇਕਰ ਕੋਈ ਵੀ ਸਕੂਲ ਜਾਣਾ ਚਾਹੁੰਦਾ ਹੈਗਾ ਇਹਨਾਂ ਦੇ ਕੋਲੋਂ ਗਾਈਡੈਂਸ ਲੈਣ ਬਾਰੇ, ਤਾਂ ਇਹ ਉੱਥੇ ਪਹੁੰਚਣ ਨੂੰ ਤਿਆਰ ਨੇ। ਸੋ ਅਸੀਂ ਕਰ ਰਹੇ ਸੀ ਚਾਹ ਦੇ ਉੱਪਰ ਚਰਚਾ।